ਦੋ ਐਬ ਤੋਂ 6 ਪੈ ਕਿਵੇਂ ਆਉਣਗੇ ਮੋਸਟਲੀ ਆਪਾਂ ਦੇਖਦੇ ਆ ਆਪਣੇ ਬਹੁਤੇ ਵੀਰਾਂ ਦੇ ਅਪਰ ਜਿਹੜੇ ਐਬ ਆ ਜਾਂਦੇ ਨੇ ਥੱਲਣ ਦੇ ਜਿਹੜੀ ਲੋਰ ਬੈਲੀ ਫੈਟ ਆ ਉੱਥੇ ਐਬ ਨਹੀਂ ਆਉਂਦੇ ਹੈਗੇ ਐਦਾਂ ਹੀ ਕਈ ਵੀਰਾਂ ਦੇ ਆਪਣੇ ਇੱਕੇ ਬੜਾ ਪੈਕ ਹੁੰਦਾ ਕੋਈ ਵੀ ਐਬ ਨਹੀਂ ਆਉਂਦਾ ਕਿਉਂਕਿ ਜਿਹੜੀ ਢਿੱਡ ਦੀ ਸਟੋਰੇਜ ਆ ਟਮੀ ਵਾਲੀ ਫੈਟ ਆ ਇਹ ਸਟੋਰ ਕਰਨੀ ਬਹੁਤ ਸੌਖੀ ਐ ਬਰਨ ਕਰਨੀ ਬਹੁਤ ਹਾਰਡ ਆ ਅੱਜ ਦੀ ਵੀਡੀਓ ਚ ਐਂਡ ਤੇ ਮੈਂ ਤੁਹਾਨੂੰ ਪ੍ਰੋ ਟਿਪਸ ਦਊਂਗਾ ਜਿਹਦੇ ਨਾਲ ਤੁਹਾਡੇ ਐਬ ਬਹੁਸ਼ੀਤੀ ਆਉਣਗੇ ਹੁਣ ਜਿਹੜੀ ਆਪਣੀ ਬਾਡੀ ਆ ਇਹ ਗਲੂਗੋ ਸਭ ਤੋਂ ਪਹਿਲਾਂ ਬਰਨ ਕਰਦੀ ਆ ਫਿਰ ਇਹਨੇ ਫੈਟ ਬਨ ਕਰਨੀ ਆ ਗਲੂਗੋਸ ਆਪਾਂ ਨੂੰ ਕਿਤੋਂ ਮਿਲਦਾ ਤੇ ਕਿੱਥੇ ਸਟੋਰ ਹੁੰਦਾ ਗਲੂਗੋਸ ਮਿਲਦਾ ਆਪਾਂ ਨੂੰ ਬ੍ਰੈਡ ਰੋਟੀ ਪਾਸਤਾ ਫਲ ਫਰੂਟ ਚੋਂ ਹਰ ਇੱਕ ਫੂਡ ਚੋਂ ਹੁੰਦਾ ਜੇ ਐਕਸਟਰਾ ਪ੍ਰੋਟੀਨ ਖਾਣੇ ਉਹਦਾ ਵੀ ਬਾਡੀ ਗਲੂਗੋਸ ਬਣਾਉਂਦੀ ਆ ਕਨਵਰਟ ਕਰਕੇ ਤੇ ਕਿਉਂ ਜਾਂ ਫਿਰ ਐਕਸਟਰਾ ਵਜਨ ਆਲੋਵਲੇ ਪਿਓਰ ਫੈਟ ਐਚ ਨਹੀਂ ਹੁੰਦਾ ਤੇ ਗਲੂਗੋਸ ਸਟੋਰ ਕਿੱਥੇ ਹੁੰਦਾ ਮਸਲ ਦੇ ਵਿੱਚ ਹੁੰਦਾ ਐਜਾ ਗਲਾਈਕੋਜਨ ਲੀਵਰ ਚੋਂਦਾ ਲੀਵਰ ਛੋਟਾ ਆਰਗਨ ਆ ਮਸਲ ਜ਼ਿਆਦਾ ਕਰਦਨੇ 3 350 ਗ੍ਰਾਮ 400 ਗ੍ਰਾਮ ਡਿਪੈਂਡਿੰਗ ਆਨ ਸਾਈਜ਼ ਕਿੰਨਾ ਲੀਵਰ 70 ਜਾਂ 80 ਗ੍ਰਾਮ ਕਰਦਾ ਗੂਲਗੋਸ਼ ਹੋਲਡ ਜਾਂ ਥੋੜੇ ਥੋੜੇ ਬਲੱਡ ਦੇ ਵਿੱਚ ਹਾਈ ਰਹਿੰਦਾ ਜਦੋਂ ਕੋਈ ਵੀ ਕਾਰਬ ਫੂਡ ਖਾਂਦੇ ਹੁਣ ਮੇਨ ਚੀਜ਼ ਆ ਜਿਹੜੇ ਮਸਲ ਨੇ ਉਹ ਆਪਣਾ ਗਲਾਈਕੋਜਨ ਡਿਪਲੀਟ ਹੁੰਦਾ ਵਰਕਆਊਟ ਦੇ ਦੌਰਾਨ ਪਰ ਬਾਡੀ ਨੂੰ ਨਹੀਂ ਦਿੰਦੇ ਹੈਗੇ ਜਿਹੜਾ ਲੀਵਰ ਗਲਾਈਕੋਜਨ ਆ ਉਹ ਜਦੋਂ ਡਿਪਲੀਟ ਹੁੰਦਾ ਜਾਂ ਫਿਰ ਬਲੱਡ ਦੇ ਵਿੱਚ ਥੋੜਾ ਗੂਲਗੋਸ਼ ਲੈਵਲ ਲੋ ਹੁੰਦਾ ਫਿਰ ਬਾਡੀ ਫੈਟ ਯੂਜ਼ ਕਰਦੀ ਆ ਤੇ ਜਿਹੜੇ ਮੈਂ ਤੁਹਾਨੂੰ ਪ੍ਰੋ ਟਿਪਸ ਦੀ ਗੱਲ ਕਰੀ ਸੀਗੀ ਕਿ ਹੁਣ ਤੁਸੀਂ ਰਾਤ ਨੂੰ ਡਿਨਰ ਕਰਦੇ ਹੋ ਜਾਂ ਲੋ ਕਾਰਬੋਹਾਈਡ ਤੇ ਰਹਿੰਦੇ ਹੋ ਹੁਣ ਕਾਰਬ ਜਿਆ ਲੋ ਨੇ ਫਿਰ ਤੁਹਾਡੀ ਬਾਡੀ ਦੇ ਵਿੱਚ ਛੇਤੀ ਤੁਹਾਡਾ ਲੀਵਰ ਗਲਾਈਕੋਜਨ ਡਪਲੀਟ ਹੋ ਜਾਂਦਾ ਮੰਨ ਲਓ ਤੁਸੀਂ ਰਾਤ ਨੂੰ ਡਿਨਰ ਕਰਦੇ ਹੋ ਤਾਂ ਸਵੇਰ ਦੇ ਟਾਈਮ ਤੱਕ ਮੋਸਟਲੀ ਸਾਰੇ ਬੰਦਿਆਂ ਦਾ ਜਿਹੜੇ ਲੋ ਕਾਰਬੋਹਾਈਡ ਤੇ ਨੇ ਜਾਂ ਹਾਈ ਤੇ ਵੀ ਨੇ ਥੋੜੀ ਬਹੁਤੀ ਮੋਡਰੇਸ਼ਨ ਚ ਵੀ ਕਾਰਬ ਉਹਨਾਂ ਦੀ ਸਵੇਰ ਤੱਕ ਤੁਹਾਡਾ ਲੀਵਰ ਗਲਾਈਕੋਜਨ ਬਹੁਤ ਘਟ ਜਾਂਦਾ ਮੁੱਕਣ ਲਾ ਹੋ ਜਾਂਦਾ ਉੱਥੇ ਫਿਰ ਤੁਸੀਂ ਕੀ ਕਰਨਾ ਸਵੇਰੇ ਉੱਠ ਕੇ ਹਿੱਟ ਕਾਰਡੀਓ ਕਰਨੀ ਆ ਹਾਈ ਇੰਟੈਂਸਿਟੀ ਚਾਹੇ ਸਪ੍ਰਿੰਟਾਂ ਹੋਗੀਆਂ ਚਾਹੇ ਪੂਰੀ ਤੇ ਸਾਈਕਲ ਭਜਾਉਣਾ ਉਹ ਜ਼ਿਆਦਾ ਟਾਈਮ ਤਾਂ ਹੋ ਨਹੀਂ ਸਕਦੀ 20 ਮਿੰਟ ਹਿੱਟ ਕਰ ਲਈ ਕਰੋ ਬਾਕੀ ਲੋ ਤੇ ਰੱਖਿਆ ਕਰੋ ਕਿਉਂਕਿ ਹਿੱਟ ਕਾਰਡੀਓ ਦੀ 40 ਮਿੰਟ ਨਹੀਂ ਕਰ ਸਕਦੇ ਜਾਂ ਇੱਕੋ ਲਾਤਰ ਅਸੀਟ ਆਪਣੀ ਫਿਰ ਸਲੋ ਹੋਣਾ ਫਿਰ ਇੱਕੋ ਲਾਤਰ ਅਸੀ ਫਾਸਟ ਆਪਣੀ ਉਹਨੂੰ ਹਿੱਟ ਕਾਰਡੀਓ ਕਹਿੰਦੇ ਨੇ ਕਿਉਂਕਿ ਜਦੋਂ ਤੁਸੀਂ ਹਾਈ ਇੰਟੈਂਸਿਟੀ ਤੇ ਕੋਈ ਵਰਕਆਊਟ ਕਰਦੇ ਹੋ ਉਦੋਂ ਤੁਹਾਡੀ ਬਾਡੀ ਜ਼ਿਆਦਾ ਕ੍ਰਪੇਨ ਤੇ ਗਲੂਗੋਸ ਤੋਂ એનર્ਜੀ ਲੈਂਦੀ ਆ ਮਤਲਬ ਉਹ ਬਰਨ ਤਾਂ ਉਹੀ ਕਰਨਾ ਆਪਣਾ ਗੋਲ ਤਾਂ ਇਹੀ ਹੈ ਕਿਉਂਕਿ ਜੇ ਹੁਣ ਗਲੂਗੋਸ਼ ਨਹੀਂ ਬਰਨ ਕਰਾਂਗੇ ਬਾਡੀ ਨੇ ਫੈਟ ਬਰਨ ਨਹੀਂ ਕਰਨੀ ਜੇ ਲੋ ਲੋ ਇੰਡੈਂਸਟੀ ਤੇ ਰਹਨੇ ਆਪਾਂ ਤਾਂ ਆਪਣੀ ਬਾਡੀ ਬਹੁਤ ਘੱਟ ਪਰਸੈਂਟ ਫੈਟ ਦੀ ਬਰਨ ਕਰ ਰਹੀ ਹੁੰਦੀ ਆ ਉਹ ਵੀ ਤਾਂ ਜੇ ਥੋੜਾ ਗਲੂਗੋਸ਼ ਜਾਂ ਲੀਵਰ ਗਲੈਕਜਨ ਲੋ ਆ ਹੁਣ ਆਪਾਂ ਨੂੰ ਪਤਾ ਆਪਾਂ ਲੀਵਰ ਗਲੈਕਜਨ ਰਾਤ ਦਾ ਤਾਂ ਆਪਣਾ ਪਹਿਲੀ ਮੁੱਕਣੇ ਵਾਲਾ ਹੁਣ ਉਹਨੂੰ ਆਪਾਂ ਸਵੇਰ ਵਾਲੀ ਹਿੱਟ ਕਾਰਡੀਓ ਨਾਲ ਮਕਾਉਣਾ ਕਿਉਂਕਿ ਆਪਾਂ ਨੂੰ ਪਤਾ ਹਿੱਟ ਕਾਰਡੀਓ ਬਾਡੀ ਗਲੂਗੋਸ਼ ਮੰਗਦੀ ਆ ਜ਼ਿਆਦਾ ਖੇਚਦੀ ਆ ਫਿਰ ਆਪਾਂ ਸਪ੍ਰਿੰਟਾਂ ਮਾਰ ਕੇ ਉਹ ਲੀਵਰ ਗਲੈ 12 ਵਜੇ ਤੱਕ ਆਪਣੀ ਮੀਲ ਲੈ ਕੇ ਜਾਓ ਉਹਦੇ ਪਿੱਛੇ ਰੀਜ਼ਨ ਇਹ ਆ ਹੁਣ ਆਪਾਂ ਨੂੰ ਪਤਾ ਕੀ ਹੁਣ ਆਪਣਾ ਫੈਟ ਬਰਨ ਕਰਨ ਦਾ ਟਾਈਮ ਆ ਜਦੋਂ ਲੀਵਰ ਗਲਾਈਕੋਜਨ ਮੁੱਕਦਾ ਫਿਰ ਬਾਡੀ ਮਸਲ ਆਪਣਾ ਗਲਾਈਕੋਜਨ ਬਾਡੀ ਨੂੰ ਦੰਦਦੇ ਨਹੀਂ ਹੁਣ ਲੀਵਰ ਗਲਾਈਕੋਜਨ ਵੀ ਥੋੜਾ ਐਮਪਟੀ ਆ ਤੇ ਤੁਹਾਡੇ ਬਲੱਡ ਗਲੂਕੋਜ਼ ਵੀ ਲੋ ਆ ਸਵੇਰੇ ਫਾਸਟ ਟਾਈਮ ਚ ਜਿਹੜਾ ਹੈਗਾ ਤੁਸੀਂ ਉਹ ਐਕਟੀਵਿਟੀ ਕਰਕੇ ਮੁਕਾ ਲਿਆ ਹੁਣ ਬਾਡੀ ਨੇ 12 ਵਜੇ ਤੱਕ ਜੇ ਨਹੀਂ ਕੁਝ ਖਾਏਗੇ ਉਹ ਫੈਟ ਬਰਨ ਕਰਨ ਦਾ ਟਾਈਮ ਆ ਜਾਣਾ ਆਪਣਾ ਕਿਉਂਕਿ ਹੁਣ ਬਲੱਡ ਗਲੂਕੋਜ਼ ਲੋ ਆ ਇੰਸੂਲਿਨ ਲੈਵਲ ਲੋ ਆ ਖਾਦਾ ਕੁਛ ਨਹੀਂ ਬਾਡੀ ਫੈਟ ਬੰਨ ਕਰੂਗੀ ਉਥੇ ਤੇ ਜੇ ਤੁਸੀਂ ਸਵੇਰ ਦੀ ਐਕਟੀਵਿਟੀ ਕਰਕੇ ਆਪਣਾ 9 10 ਵਜੇ ਫਿਰ ਕੋਈ ਬ੍ਰੇਕਫਾਸਟ ਕਰਦੇ ਹੋ ਜਿਹਦੇ ਵਿੱਚ ਮੋਸਟਲੀ ਲੋਕ ਇਹ ਵਾਰ ਕਹਿੰਦੇ ਨੇ ਓਟਸ ਲੈ ਲਓ ਬ੍ਰੈਡ ਲੈ ਲਓ ਜਾਂ ਕੋਈ ਵੀ ਬ੍ਰੇਕਫਾਸਟ ਕਰ ਲਿਆ ਥੋੜੇ ਜੇ ਕਾਰਬ ਵਾਲਾ ਵੀ ਤੁਸੀਂ ਫਿਰ ਕੀ ਹੁੰਦਾ ਫਿਰ ਤੁਹਾਡਾ ਜਿਹੜਾ ਉਥੇ ਗਲੂਗੋਸ਼ਾ ਲੀਵਰ ਗਲੈਕ ਜਿਹਨਾਂ ਤੋਂ ਹੀ ਫੇਰ ਭਰ ਲੈਨੇ ਹੋ ਫਿਰ ਤੁਹਾਡੀ ਬਾਡੀ ਨੂੰ ਜਦੋਂ ਗਲੂਗੋਸ਼ ਮਿਲ ਜਾਂਦਾ ਬਲੱਡ ਦੇ ਵਿੱਚ ਗਲੂਗੋਸ਼ ਆਈ ਹੋ ਜਾਂਦਾ ਫਿਰ ਬਾਡੀ ਢੱਡ ਵਾਲੀ ਫੈਟ ਨਹੀਂ ਚੱਕਦੀ ਕਿਉਂਕਿ ਆਪਣਾ ਉਹੀ ਟਾਈਮ ਸੀ ਫੈਟ ਬੰਨ ਕਰਨ ਦਾ ਉਥੇ ਆਪਾਂ ਬਾਡੀ ਨੂੰ ਫੇਰ ਗ ਸੋ ਮਤਨ ਤਾਂ ਹੀ ਕਹਿਣਾ ਹੁਣਾ ਕਿ ਐਕਸਰਸਾਈਜ਼ ਕਰੋ ਫਾਸਟ ਦੇ ਵਿੱਚ ਕਾਰਡੀਓ ਜਿਮ ਚਾ ਸ਼ਾਮ ਨੂੰ ਲਾ ਲਓ ਜਿਹੜੇ ਸੁਬੇਰ ਦੇ 4 ਘੰਟੇ ਨੇ ਤੁਹਾਡੇ ਉੱਠਣ ਤੋਂ ਬਾਅਦ 4-5 ਘੰਟੇ ਐਕਸਰਸਾਈਜ਼ ਤੋਂ ਬਾਅਦ ਕੁਝ ਨਾ ਖਾਓ ਕੱਲੀ ਕਾਰਡੀ ਕਰੋ ਬੋਡੀ ਨੂੰ ਛਾੜ ਦੋ ਫੈਟ ਬਨ ਹੋਣ ਤੇ ਕਿਉਂਕਿ ਜਿਹੜਾ ਇਨਸੂਲਿਨ ਆ ਉਹ ਤੁਹਾਡੀ ਮੇਨ ਜਿਹੜੀ ਫੈਟ ਆ ਉਹਨੂੰ ਢੇੜ ਤੇ ਸਟੋਰ ਕਰਦਾ ਸੋ ਜੇ ਉਹੀ ਫੈਟ ਆਪਾਂ ਰਿਵਰਸ ਕਰਨੀ ਹੈ ਫਿਰ ਕੀ ਹੋਊਗਾ ਜਦੋਂ ਆਪਾਂ ਕੁਝ ਨਹੀਂ ਖਾਂਦੇ ਇਨਸੂਲਿਨ ਲੈਵਲ ਲੋ ਹੋਊਗਾ ਫਿਰ ਉਹ ਫੈਟ ਬਾਹਰ ਆਉਂਦੀ ਆ ਬੋਡੀ ਬਰਨ ਕਰਦੀ ਆ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਸਪੈਸ਼ਲੀ ਟਮੀ ਵਾਲੀ ਫੈਟ ਬਰਨ ਹੋਵੇ ਤਾਂ ਸਵੇਰ ਦੇ ਟਾਈਮ ਬਰਨ ਹੋਊਗੀ ਤੁਹਾਡੀ ਜ਼ਿਆਦਾ ਜਦੋਂ ਤੁਸੀਂ ਫਾਸਟੇਟੇ ਹੁੰਦੇ ਹੋ ਤੇ ਉਦੋਂ ਐਕਟੀਵਿਟੀ ਕਰਦੇ ਹੋ ਤੇ ਬਾਡੀ ਨੂੰ ਤਿੰਨ ਚਾਰ ਘੰਟੇ ਬਾਅਦ ਕੁਝ ਦੰਦੇ ਨਹੀਂ ਫਿਰ 12 ਤੋਂ ਬਾਅਦ ਆਪਣੇ ਗੋਲ ਦੇ ਅਕੋਰਡਿੰਗ ਜੇ ਤਾਂ ਭਾਰੀ ਹੋ ਤੁਸੀਂ ਦੋ ਮੀਲਾਂ ਲੈ ਲਓ 8 ਘੰਟੇ ਦੇ ਵਿੱਚ ਜੇ ਤੁਸੀਂ ਲੀਨ ਹੋ ਤੁਸੀਂ ਤਿੰਨੇ ਲੈ ਲਓ ਮਤਲਬ 8 ਘੰਟੇ ਚ ਆਪਣੀ ਈਟਮੈਂਟ ਹੋ ਗਈ 12 ਤੋਂ 7 ਜਾਂ 8 ਤੱਕ ਬਾਕੀ ਆਪਣਾ ਫਾਸਟ ਹੋ ਗਿਆ ਤੇ ਜੇ ਆਪਾਂ ਹਾਈ ਕਾਰਬੋਹਾਈਡਰੇਟ ਤੇ ਰਹਨੇ ਆ ਆਪਾਂ ਆਪਣੀ ਬਾਡੀ ਨੂੰ ਟਾਈਮ ਨਹੀਂ ਦਿੰਦੇ ਹੈਗੇ ਫੈਟ ਬਰਨ ਕਰਨ ਦਾ ਥੋੜਾ ਬਲੱਡ ਗਲੂਕੋਜ਼ ਲੈਵਲ ਹਾਈ ਰਹਿੰਦਾ ਥੋੜਾ ਲੀਵਰ ਗਲਾਈਕਜਨ ਤੁਸੀਂ ਭਰੀ ਰੱਖਦੇ ਹੋ ਮਸਲ ਗਲਾਈਕਜਨ ਭਰੀ ਰੱਖਦੇ ਹੋ ਓਵਰਸਪੈਲ ਕਰੀ ਜਾਂਦੇ ਹੋ ਜਿਹੜਾ ਐਕਸਟਰਾ ਕਾਰਬ ਖਾਣੇ ਆ ਲਿਮਿਟਡ ਸਟੋਰੇਜ ਹੁੰਦੀ ਆ ਕਾਰਬ ਦੀ ਉਹ ਵੀ ਥੋੜੀ ਫੈਟ ਸਟੋਰੇਜ ਆਂਦਾ ਸੋ ਫੈਟ ਸਟੋਰੇਜ ਆਈ ਜਾਂਦਾ ਬਰਨ ਕਰਨ ਦਾ ਟਾਈਮ ਨਹੀਂ ਹੈਗਾ ਤੇ ਆ ਜੇ ਤੁਸੀਂ ਟਿਪਸ ਯੂਜ਼ ਕਰੇਗੇ ਇੰਟਰਮੀਟਿੰਗ ਫਾਸਟਿੰਗ karenge ਸਵੇਰੇ ਫਾਸਟਸ ਕਾਰਡੀਓ karenge ਥੋੜੀ ਫੈਟ ਬਰਨ ਹੋਊਗੀ ਹੋਊਗੀ ਵੀ ਜਿਹੜੇ ਐਪ ਦੇ ਉੱਤੇ ਤੁਹਾਡਾ ਮਾਸ ਹੁੰਦਾ ਸਾਰਾ ਇਕੱਠਾ ਹੋਇਆ ਫੈਟ ਕਿਉਂਕਿ ਬਾਡੀ ਸਵੇਰੇ ਢਿੱਡ ਤੋਂ ਫ ਸੋ ਇਹ ਸੀਗੀ ਅੱਜ ਦੀ ਤੁਹਾਡੇ ਲਈ ਵੀਡੀਓ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਾਂਚ ਥਿਸ ਇਜ਼ ਹੈਰੀ ਮਟੇਅਰ ਵਾਈ ਰੂਮੇਰ ਕਰੇ ਲਵ ਯੂ ਆਲ